ਸੱਦਿਆ ਹਿੰਸਾ ਸਾਹਿਬ ਨੂੰ ਪਾਰਟੀ ਚੋਂ ਜਦ ਲਾਭੇ ਹੋ ਗਏ ਸੀ ਮੈਂ ਉਦੋਂ ਹਜੇ ਪਾਰਟੀ ਵਿੱਚ ਸੀ ਮੈਨੂੰ ਵੀ ਕੋਰ ਕਮੇਟੀ ਚੀਫ ਵਿੱਚ ਸੱਦਿਆ ਸਿੰਘ ਤੇ ਮੈਂ ਉਦੋਂ ਬੜੇ ਜ਼ੋਰਦਾਰ ਢੰਗ ਨਾਲ ਉਸ ਮੀਟਿੰਗ 'ਚ ਵੀ ਇਹ ਗੱਲ ਕਹੀ ਵੀ ਆਪਾਂ ਨੂੰ ਜੋ ਮਰਿਆਦਾ ਹੈ ਉਹਦੇ ਅਨੁਸਾਰ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਉਦੋਂ ਬਾਅਦ ਮੈਨੂੰ ਕਿਸੇ ਮੀਟਿੰਗ 'ਚ ਨਹੀਂ ਸੱਦਿਆ ਇਹ ਸਾਰੀਆਂ ਗੱਲਾਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ ਕੋਈ ਇਹ ਜਿਹੜੀ ਅਸੀਂ ਕੋਈ ਕੱਲ ਸੁਖਬੀਰ ਸਿੰਘ ਬਾਦਲ ਵੀ ਇਹ ਖੜਾ ਹੋ ਕੇ ਇਹਨਾਂ ਗੱਲ ਦਾ ਜਵਾਬ ਨਹੀਂ ਦੇ ਸਕਦੇ ਜਿਹੜੀਆਂ ਮੈਂ ਗੱਲਾਂ ਕਹੀ ਇਸ ਲਈ ਕਿ ਕੋਈ ਇਹ ਵੀ ਰਾਤੋਂ ਰਾਤ ਸਾਰੇ ਉੱਠ ਕੇ ਤੁਰਦੇ ਗੱਲ ਹੈ ਵੀ ਸਾਰਿਆਂ ਨੇ ਦੇਖ ਲਿਆ ਜ਼ੋਰ ਲਾ ਕੇ ਦੇਖ ਲਿਆ ਵੀ ਹੁਣ ਕਿਸੇ ਨੇ ਕੋਈ ਫਰਸ ਨਹੀਂ ਕਰਦਾ ਹੁਣ ਤਾਂ ਇਹ ਹੈ ਵੀ ਜਦ ਤੱਕ ਤਗੜੇ ਹੋ ਕੇ ਇਹਨਾਂ ਨੇ ਮੱਥਾ ਨਹੀਂ ਲਾਉਂਦੇ ਉਹਨਾਂ ਜਿਹਨਾਂ ਨੇ ਪਿੱਛੇ ਮੈਨੂੰ ਇੱਕ ਕੋਰ ਕਮੇਟੀ 'ਚ ਸੱਦਿਆ ਹਿੰਸਾ ਸਾਹਿਬ ਨੂੰ ਪਾਰਟੀ 'ਚੋਂ ਜਦ ਲਾਭੇ ਹੋ ਗਏ ਸੀ ਮੈਂ ਉਦੋਂ ਹਜੇ ਪਾਰਟੀ ਵਿੱਚ ਸੀ ਮੈਨੂੰ ਵੀ ਕੋਰ ਕਮੇਟੀ ਚੀਫ ਵਿੱਚ ਸੱਦਿਆ ਸਿੰਘ ਤੇ ਮੈਂ ਉਦੋਂ ਬੜੇ ਜ਼ੋਰਦਾਰ ਢੰਗ ਨਾਲ ਉਸ ਮੀਟਿੰਗ 'ਚ ਵੀ ਇਹ ਗੱਲ ਕਹੀ ਵੀ ਆਪਾਂ ਨੂੰ ਜੋ ਮਰਿਆਦਾ ਹੈ ਉਹਦੇ ਅਨੁਸਾਰ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਉਦੋਂ ਬਾਅਦ ਮੈਨੂੰ ਕਿਸੇ ਮੀਟਿੰਗ 'ਚ ਨਹੀਂ ਸੱਦਿਆ ਇਹ ਸਾਰੀਆਂ ਗੱਲਾਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ ਕੋਈ ਇਹ ਜਿਹੜੀ ਅਸੀਂ ਕੋਈ ਕੱਲ ਸੁਖਬੀਰ ਸਿੰਘ ਬਾਦਲ ਵੀ ਇਹ ਖੜਾ ਹੋ ਕੇ ਇਹਨਾਂ ਗੱਲ ਦਾ ਜਵਾਬ ਨਹੀਂ ਦੇ ਸਕਦੇ ਜਿਹੜੀਆਂ ਮੈਂ ਗੱਲਾਂ ਕਹੀ ਇਸ ਲਈ ਕਿ ਕੋਈ ਇਹ ਵੀ ਰਾਤੋਂ ਰਾਤ ਸਾਰੇ ਉੱਠ ਕੇ ਤੁਰਦੇ ਗੱਲ ਹੈ ਵੀ ਸਾਰਿਆਂ ਨੇ ਦੇਖ ਲਿਆ ਜ਼ੋਰ ਲਾ ਕੇ ਦੇਖ ਲਿਆ ਵੀ ਹੁਣ ਕਿਸੇ ਨੇ ਕੋਈ ਫਰਸ ਨਹੀਂ ਕਰਦਾ ਹੁਣ ਤਾਂ ਇਹ ਹੈ ਵੀ ਜਦ ਤੱਕ ਤਗੜੇ ਹੋ ਕੇ ਇਹਨਾਂ ਨੇ ਮੱਥਾ ਨਹੀਂ ਲਾਉਂਦੇ ਉਹਨਾਂ ਜਿਹਨਾਂ ਨੇ ਪਿੱਛੇ ਮੈਨੂੰ ਇੱਕ ਕੋਰ ਕਮੇਟੀ 'ਚ ਸੱਦਿਆ ਹਿੰਸਾ ਸਾਹਿਬ ਨੂੰ ਪਾਰਟੀ 'ਚੋਂ ਜਦ ਲਾਭੇ ਹੋ ਗਏ ਸੀ ਮੈਂ ਉਦੋਂ ਹਜੇ ਪਾਰਟੀ ਵਿੱਚ ਸੀ ਮੈਨੂੰ ਵੀ ਕੋਰ ਕਮੇਟੀ ਚੀਫ ਵਿੱਚ ਸੱਦਿਆ ਸਿੰਘ ਤੇ ਮੈਂ ਉਦੋਂ ਬੜੇ ਜ਼ੋਰਦਾਰ ਢੰਗ ਨਾਲ ਉਸ ਮੀਟਿੰਗ 'ਚ ਵੀ ਇਹ ਗੱਲ ਕਹੀ ਵੀ ਆਪਾਂ ਨੂੰ ਜੋ ਮਰਿਆਦਾ ਹੈ ਉਹਦੇ ਅਨੁਸਾਰ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਉਦੋਂ ਬਾਅਦ ਮੈਨੂੰ ਕਿਸੇ ਮੀਟਿੰਗ 'ਚ ਨਹੀਂ ਸੱਦਿਆ ਇਹ ਸਾਰੀਆਂ ਗੱਲਾਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ ਕੋਈ ਇਹ ਜਿਹੜੀ ਅਸੀਂ ਕੋਈ ਕੱਲ ਸੁਖਬੀਰ ਸਿੰਘ ਬਾਦਲ ਵੀ ਇਹ ਖੜਾ ਹੋ ਕੇ ਇਹਨਾਂ ਗੱਲ ਦਾ ਜਵਾਬ ਨਹੀਂ ਦੇ ਸਕਦੇ ਜਿਹੜੀਆਂ ਮੈਂ ਗੱਲਾਂ ਕਹੀ ਇਸ ਲਈ ਕਿ ਕੋਈ ਇਹ ਵੀ ਰਾਤੋਂ ਰਾਤ ਸਾਰੇ ਉੱਠ ਕੇ ਤੁਰਦੇ ਗੱਲ ਹੈ ਵੀ ਸਾਰਿਆਂ ਨੇ ਦੇਖ ਲਿਆ ਜ਼ੋਰ ਲਾ ਕੇ ਦੇਖ ਲਿਆ ਵੀ ਹੁਣ ਕਿਸੇ ਨੇ ਕੋਈ ਫਰਸ ਨਹੀਂ ਕਰਦਾ ਹੁਣ ਤਾਂ ਇਹ ਹੈ ਵੀ ਜਦ ਤੱਕ ਤਗੜੇ ਹੋ ਕੇ ਇਹਨਾਂ ਨੇ ਮੱਥਾ ਨਹੀਂ ਲਾਉਂਦੇ ਉਹਨਾਂ ਜਿਹਨਾਂ ਨੇ ਪਿੱਛੇ ਮੈਨੂੰ ਇੱਕ ਕੋਰ ਕਮੇਟੀ 'ਚ ਸੱਦਿਆ ਹਿੰਸਾ ਸਾਹਿਬ ਨੂੰ ਪਾਰਟੀ 'ਚੋਂ ਜਦ ਲਾਭੇ ਹੋ ਗਏ ਸੀ ਮੈਂ ਉਦੋਂ ਹਜੇ ਪਾਰਟੀ ਵਿੱਚ ਸੀ ਮੈਨੂੰ ਵੀ ਕੋਰ ਕਮੇਟੀ ਚੀਫ ਵਿੱਚ ਸੱਦਿਆ ਸਿੰਘ ਤੇ ਮੈਂ ਉਦੋਂ ਬੜੇ ਜ਼ੋਰਦਾਰ ਢੰਗ ਨਾਲ ਉਸ ਮੀਟਿੰਗ 'ਚ ਵੀ ਇਹ ਗੱਲ ਕਹੀ ਵੀ ਆਪਾਂ ਨੂੰ ਜੋ ਮਰਿਆਦਾ ਹੈ ਉਹਦੇ ਅਨੁਸਾਰ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਉਦੋਂ ਬਾਅਦ ਮੈਨੂੰ ਕਿਸੇ ਮੀਟਿੰਗ 'ਚ ਨਹੀਂ ਸੱਦਿਆ ਇਹ ਸਾਰੀਆਂ ਗੱਲਾਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ ਕੋਈ ਇਹ ਜਿਹੜੀ ਅਸੀਂ ਕੋਈ ਕੱਲ ਸੁਖਬੀਰ ਸਿੰਘ ਬਾਦਲ ਵੀ ਇਹ ਖੜਾ ਹੋ ਕੇ ਇਹਨਾਂ ਗੱਲ ਦਾ ਜਵਾਬ ਨਹੀਂ ਦੇ ਸਕਦੇ ਜਿਹੜੀਆਂ ਮੈਂ ਗੱਲਾਂ ਕਹੀ ਇਸ ਲਈ ਕਿ ਕੋਈ ਇਹ ਵੀ ਰਾਤੋਂ ਰਾਤ ਸਾਰੇ ਉੱਠ ਕੇ ਤੁਰਦੇ ਗੱਲ ਹੈ ਵੀ ਸਾਰਿਆਂ ਨੇ ਦੇਖ ਲਿਆ ਜ਼ੋਰ ਲਾ ਕੇ ਦੇਖ ਲਿਆ ਵੀ ਹੁਣ ਕਿਸੇ ਨੇ ਕੋਈ ਫਰਸ ਨਹੀਂ ਕਰਦਾ ਹੁਣ ਤਾਂ ਇਹ ਹੈ ਵੀ ਜਦ ਤੱਕ ਤਗੜੇ ਹੋ ਕੇ ਇਹਨਾਂ ਨੇ ਮੱਥਾ ਨਹੀਂ ਲਾਉਂਦੇ ਉਹਨਾਂ ਜਿਹਨਾਂ ਨੇ ਪਿੱਛੇ